निरपौ निर्वैर अकाल मूर्त अजोमे सैफं गुर प्रसाद खग खंड बिहंडंग खलदल खंडंग अतरण मंडंग पर बंडंग पुजतान अखंडंग तेज प्रचंड ज्योत मंडंग पान प्रभं सुख संता करण दुर्मत दरण के विकरण असरण जय जय जगकार सृष्टि मम प्रतपारण जय तेग निर्जुर निरूप हो के सुंदर स्वरूप हो के भूपन के भूप हो के दाता महादान हो निर्जुर निरूप हो निर्जुर निरूप हो के भूपन के भूप हो के दाता महादान हो प्राण के बचैया दूध भूत के दबैया रोग सोग के मटैया के दुमानी महामान हो विद्या के विचार हो के अद्वैय अवतार हो सिद्धता की सूरत हो के सुधता की शाल हो जोगों के जाल हो के काल उनके काल हो के सतरंग के सूल हो के मित्र के प्राण हे राम हे सस हे करुणा निद मेरी अब बिनती
शस्त्र अत की रहन पीतर जूझ मरो तो सच पती औरंगजेब मैं कोई लड़ाका नहीं, लड़ाई करना मेरा शौक नहीं है, मैं तो संत फकीर लोग फकीर बंदा गज के आखो सतनाम श्री वाहे। और माफ करना जंगे मैदाने जंग में जो फकीर ही तीन बार दे मौके दे सकता है, होर नहीं कोई दे सकता, गज के आखो सतनाम श्री वाहे। जफरनामा चुकार अज हमा हील ते दर गुजस्त हलाल अस्त बुर्दन को शमशीरे दस्त। ओए औरंगजेब जदों पानी सिर दे उत्तों लंघ जाए कोई नुकता काम ना करे ते शस्त्र नु म्यान विचों कटना कोई गुनाह नहीं है, गज के आखो सतनाम श्री वाहे। ए मंग है पाशा दी शस्त्र नसो अत की रण भी तर रुज हरो तो सच पति जय जूज मरो तो सच पति जय सफाए सदा जग माए संत सहाए सदा जग माए कृपा कर श्या कृपा कृपा कर श्या बिनती सुन लीजिए
ਰੋਸ਼ਨੀ ਚਾਹੀਦੀ ਹੈ ਰੱਬ ਸੂਰਜ ਸਨ ਸੂਰਜ ਦੀ ਗਰਮੀ ਕੋਲ ਜਾ ਕੇ ਨਹੀਂ ਮਾਣੀ ਜਾ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੂਰਜ ਵਰਗੀ ਤਪਸ਼ ਵੀ ਚਾਹੀਦੀ ਹੈ ਤੇ ਚੰਦਰਮਾ ਵਰਗਾ ਸ਼ੀਤਲ ਸੁਭਾਅ ਵੀ ਚਾਹੀਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਮਾ ਸੀਮਤ ਹੈ ਗੁਰਸੰਗਤ ਜਨੋ ਇਹ ਅਸਥਾਨ ਇਹ ਮਹਾਂਪੁਰਖ ਬੈਠੇ ਕਾਰ ਸੇਵਾ ਵਾਲੇ ਬੱਲੇ 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 ਸੰਗਤ ਜੀ ਇਹ ਗੁਰੂ ਦੇ ਸਥਾਨ ਬਣਾਉਣ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਰਹਿਮਤ ਕਰਨ ਅਕਾਲ ਚੈਨਲ ਸਿੱਖ ਚੈਨਲ ਔਰ ਹਰ ਜਸ ਰਿਕਾਰਡ ਕੰਪਨੀ ਜੋ ਲੰਡਨ ਤੋਂ ਇਹ ਬਕਾਇਦਾ ਲਾਈਵ ਚੱਲ ਰਿਹਾ ਹੈ ਇਹ ਸਥਾਨ ਕੋਈ ਛੋਟਾ ਜਿਹਾ ਨਹੀਂ ਉਹ ਸਥਾਨ ਕੋਈ ਵੀ ਛੋਟਾ ਨਹੀਂ ਹੈਗਾ ਗੱਜ ਕੇ ਆਖੋ ਸਤ ਸਫਰੇ ਸ਼ਹਾਦਤ ਉਹਨਾਂ ਕਦਮਾਂ 'ਤੇ ਤੁਰ ਰਹੇ ਹਾਂ ਇਸ ਸਥਾਨ 'ਤੇ ਬੈਠੇ ਹੋ ਗੁਰਸੰਗਤ ਜੀ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੇ 'ਤੇ ਸਮਾਂ ਸੀਮਤ ਹੈ ਅਗਲਾ ਸ਼ਬਦ ਆਪਾਂ ਸ਼ੁਰੂ ਕਰਦੇ ਹਾਂ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹਾਨ ਕਵੀ ਕਵੀਆਂ ਦੇ ਦਾਦੇ 52 ਕਵੀਆਂ ਦੇ ਸਿਰਜਣਹਾਰ ਮਹਾਨ ਕਵੀ ਕਵਿਓ ਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਮੀ ਸੁਖੀ ਵਸੈ ਮੋਰੋ ਪਰਿਵਾਰਾ ਅਤੇ ਫਿਰ ਜੁਝਾਰ ਸਿੰਘ ਨੂੰ ਥਾਪੜਾ ਮਾਰ ਕੇ ਤੋੜਨ ਦੀ ਲੋੜ ਕੀ ਸੀ ਗੱਜ ਕੇ ਆਖੋ ਸਤਨਾਮ ਸਿੰਘ ਗੁਰੂ ਅਰਜਨ ਸਾਹਿਬ ਪੰਚਮ ਪਾਤਸ਼ਾਹ ਦਾ ਪਾਵਨ ਪਿੱਤਰ ਸ਼ਬਦ ਹੈ ਜਨ ਕੋ ਪ੍ਰਭ ਸਿੰਘੇ ਅਸਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਿਹੋ ਮਾਨ ਮੰਗੋ ਆਪਣੇ ਲਈ ਨਹੀਂ ਸਿੱਖ ਲਈ ਮਾਨ ਮੰਗੋ ਤਾਨ ਮੰਗੋ ਤਾਨ ਲਖਮੀ ਸੁੱਤ ਦੇ ਮੇਰੇ ਗੁਰਸਿੱਖਾਂ ਨੂੰ ਲੋੜ ਹੋਵੇਗੀ ਜੇ ਖਾਲਸੇ ਕੋਲ ਆਪਣੇ ਕੋਲ ਪੈਸਾ ਨਹੀਂ ਤੇ ਖਾਲਸਾ ਸੋ ਨਿਰਤਨ ਕੋ ਪਾਲੇ ਫਿਰ ਕਿੱਥੋਂ ਦੇਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਕਿਰਪਾਲ ਤਾਂ ਕਰ ਆਓ ਮਾਛੀਵਾੜੇ ਦੇ ਜੰਗਲ ਵਿੱਚ ਚਲੀਏ ਮਿੱਤਰ ਪਿਆਰਿਆਂ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਔਡਣ ਇਹ ਕੋਈ ਫਿਲਮੀ ਟਿਊਨ ਨਹੀਂ ਹੈ ਪਰ ਸ਼ਬਦ ਫਿਲਮ ਦੇ ਵਿੱਚ ਗਾਇਆ ਗਿਆ ਪਰ ਅੱਜ ਤੱਕ ਕਿਸੇ ਕੋਲ ਐਸਾ ਸ਼ਬਦ ਨਹੀਂ ਗਾਇਆ ਗਿਆ ਮੈਂ ਵੀ ਨਹੀਂ ਗਾ ਸਕਣਾ ਖਿਆਲ ਪਾਤਸ਼ਾਹੀ ਦੱਸਦੀ ਹੈ ਵਗ ਨਾ ਹਵਾਏ ਭੈੜੀਏ ਨੀਂਦ ਮਾਹੀ ਨੂੰ ਹੁਣੇ ਹੁਣੇ ਆਈ ਮਖਮਲਾਂ ਤੇ ਸੌਣ ਵਾਲੇ ਨੂੰ ਵੇਖ ਸੱਥਰਾਂ ਤੇ ਨੀਂਦ ਕਿਵੇਂ ਆਈ ਵਗ ਨਾ ਹਵਾਏ ਭੈੜੀਏ ਮਿੱਤਰ ਪਿਆਰੇ ਨੂੰ ਕਹਿਣ ਲੱਗੇ ਜੋ ਮੈਨੂੰ ਆਪ ਜੀ ਨੇ ਬਖਸ਼ਿਸ਼ ਕੀਤੀ ਸੀ ਉਹ ਕਾਰਜ ਇੱਥੇ ਤੱਕ ਨਿਭ ਗਏ ਨੇ ਅਗਲਾ ਤੂੰ ਰਖਵਾ ਲੈ ਗੱਜ ਕੇ ਆਖੋ ਇੱਕ ਸੁਨੇਹਾ ਹੈ ਉਹ ਬੜੇ ਪਿਆਰੇ ਸੰਗਤ ਗੁਰਸੰਗਤ ਜੀ ਜਿਹੜਾ ਸਾਊਂਡ ਸਿਸਟਮ ਹੈ ਨਾ ਇਹਦਾ ਸਾਡੇ ਨਾਲ ਬੜਾ ਇੱਕ ਤਾਲਮੇਲ ਹੈ ਸਾਊਂਡ ਦਾ ਇੱਕ ਫਿਲਮ ਬਣੀ ਸੀ ਉਹਦੇ ਵਿੱਚ ਭਾਈ ਸਾਹਿਬ ਭਾਈ ਕਿਸ਼ਨ ਪਾਲ ਜੀ ਨੇ ਕੋਹਰਾਮ ਫਿਲਮ ਉਹਦੇ 'ਚ ਗੀਤ ਗਾਇਆ ਸੀ ਸ਼ਬਦ ਜੈਸਾ ਭਜ ਉਹ ਜਦੋਂ ਉਹਨਾਂ ਨੇ ਸਾਹਮਣੇ ਬੈਠੇ ਰਿਕਾਰਡਿੰਗ ਦੇ ਮਾਈਕ ਅੱਗੇ ਪਿਆ ਸੀ ਜਦੋਂ ਉਹਨਾਂ ਨੇ ਆਵਾਜ਼ ਮਾਰੀ ਤਾਨ ਮਾਰੀ ਤਾਂ ਮਾਈਕ ਦੇ ਅੰਦਰ ਉਹ ਜਾਲੀ ਫਟ ਗਈ ਉਹਨੇ ਕਿਹਾ ਕੀ ਹੋ ਗਿਆ ਕਹਿੰਦੇ ਅਸੀਂ ਇਹ ਫਿਲਮ ਇੰਡਸਟਰੀ ਦੇ ਸਿੰਗਰ ਨਹੀਂ ਹੈਗੇ ਅਸੀਂ ਰਾਗੀ ਸਿੰਘ ਹਾਂ ਗੱਜ ਕੇ ਗੁਰੂ ਨਾਨਕ ਦੇ ਕੀਰਤਨੀ ਹੈ ਆਪਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਇਹ ਸਾਊਂਡ ਸਿਸਟਮ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਐਸਾ ਸਾਊਂਡ ਸਿਸਟਮ ਰਾਜੂ ਵੀਰ ਜੀ ਬੜੇ ਪ੍ਰੋਗਰਾਮ ਤੱਕ ਜਿੱਥੇ ਧਾਰਮਿਕ ਪ੍ਰੋਗਰਾਮ ਜ਼ਿਆਦਾ ਕਰਦੇ ਨੇ ਅਤੇ ਉਹ ਇਹਨਾਂ ਨੂੰ ਇਤਨਾ ਹੈ ਵੀ ਕਿੱਥੇ ਸਾਊਂਡ ਕਿਸ ਨੂੰ ਦੇਣਾ ਹੈ ਇਹ ਮੇਰੇ ਵਰਗੀ ਮਿੱਟੀ ਨੂੰ ਵੀ ਸੋਨਾ ਬਣਾ ਦਿੰਦੇ ਨੇ ਭਾਈ ਸਾਹਿਬ ਭਾਈ ਜਵਿੰਦਰ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਉਹ ਵੀ ਸਨਮੁੱਖ ਹਨ ਇਹ ਮੈਂ ਇੱਕ ਬੱਚਾ ਮੈਂ ਨਾਲ ਬਿਠਾਇਆ ਇਹਨਾਂ ਦੇ ਤਪਲੇ ਵਾਲੇ ਦਾ ਬੱਚਾ ਹੈ ਬੱਚਾ ਬੱਚਾ ਨਹੀਂ ਹੈਗਾ ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਹਿੰਦੇ ਤੂੰ ਬੁੱਢਾ ਥੋੜ੍ਹੀ ਹੈ ਬੱਚਾ ਨਹੀਂ ਤੂੰ ਤੇਰੀਆਂ ਗੱਲਾਂ ਬੁੱਢੇ ਵਾਲੀਆਂ ਨੇ ਬਾਬਾ ਬੁੱਢਾ ਤੂੰ ਇਹ ਬੱਚਾ ਮੈਂ ਰਾਤੀ ਇਹਨੂੰ ਵੇਖ ਰਿਹਾ ਮੈਂ ਰਾਤ ਇਹਦੀ ਉਹ ਵੀਡੀਓ ਬਣਾਉਂਦਾ ਰਿਹਾ ਮੈਂ ਰਾਤੀ ਸਟੇਜ 'ਤੇ ਬੈਠਾ ਭਾਈ ਸਾਹਿਬ ਦੇ ਪਿੱਛੇ ਗੁਰੂ ਮਹਾਰਾਜ ਕਿਰਪਾ ਕਰੇ ਅਸੀਸ ਹੈ ਐਸਾ ਕੀਰਤਨੀਆਂ ਬਣੇ ਕਿ ਮੇਰੇ ਵਰਗੇ ਬੰਦੇ ਤਾਂ ਧੂੰਆਂ ਕੱਢਦੇ ਐਸੀ ਮਹਾਰਾਜ ਰਹਿਮਤ ਕਰੇ ਕਿਰਪਾ ਕਰੇ ਕਿਉਂਕਿ ਬਾਪ ਦੀ ਮਾਂ ਬਾਪ ਦੀ ਇੱਕ ਅਸੀਸ ਹੁੰਦੀ ਹੈ ਸਭ ਨੇ ਦੇਣੀ ਮੇਰੇ ਨੇ ਮੇਰਿਆਂ ਨੂੰ ਵੀ ਅਸੀਸ ਦੇਣੀ ਤੁਸੀਂ ਕਿਰਪਾ ਕਰਨੀ ਆਓ ਬੜੇ ਪਿਆਰ ਨਾਲ ਸ਼ੁਰੂ ਕਰਦੇ ਹਾਂ ਹਰ ਕਮਲੀ
लोचन भरी ले उसासा उरना पीजे भगना किसे जे हर दर्शन की आसा उड़ो ना कागा करे उड़ो ना कागा करे बेगम ले जे अपने राम प्यार आ मित्र प्यारे नू हाल मुरीदां दा कहना मित्र प्यारे नू मित्र प्यारे नू हाल दूध बिन रो गर जाया टड़े पड़ो दूध बिन रो गर जाया दया टड़े नाग निवास रे नाग निवास रे सूल सुराई कृपा सूल सुराई खजर प्याला पिंग कसाया कसेड़ा पिंग कसाया सेड़ा यारड़े दा सांस रहे चंगा यारड़े दा सांस रहे चंगा पट पेड़े आदा रहना पट खेड़े प्यारे
ਨਾਲ ਪੂਰੀ ਧੰਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਪੂਰੀ ਧੰਦਾ ਕਹਿਣਾ बोले सोने हा सत्संग जी जदों आप जी ने जवाब देना है लाइव चल रहा है थोड़ा संगत वालों आप जी ने कैमरा घुमाना जरा जो लाइव चल रहा है जिनी संगत बैठी है अज दोनों हाथ खड़े करियो और प्रण करके जायो क्या कलगीधर पातशाह गुरु गोबिंद सिंह साहब महाराज साढ़े ते कृपा साढ़े विच सरपर प्यार इतफाक तुहानू पता जदों किते कोर्ट विच जज किसे नू सजा करदे ने ना जी ते उदों कलम तोड़ दिंदा अपनी ते गुरु गोबिंद सिंह साहब ने भी अज कायदा पुट्टा पटिया सी नूरा माई तू सुनाण दी हिम्मत कर मैं सुनण दी हिम्मत करना वे मेरे बच्चे किते डोले ता नहीं ओह बल्ले बल्ले सत साल नौ साल क्या उम्र है संगत जी एदी भी एनी की उम्र होनी है इथे उम्र के तकाजे नहीं इथे तो संगत जी जज्बे की बात है कहते बस मैं एना दस दे नूरा माई तू सारा कुछ अथी वेख्या है मेरे बच्चे कितने डोले तो नहीं कहते डोले पातशाह उन्हां बच्चों ने सरहद दीआं दीवार जड़े नवाब का महल से ओदियां दीवारां कंबा दित्तियां उन्होंने गज के आगो सतनाम सी यह गुरु तेग बहादुर के पोते सी मां गुजरी दादी सी ते पिता कलगीधर गुरु गोबिंद सिंह साहब वी आर प्राउड टू बी अ गुरु गोबिंद सिंह साहब महाराज यह जकारा गुरु गोबिंद सिंह साहब ने अज हथ खड़े करो पता नहीं ਇਹ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਕਿਹੜੇ ਪਾਸਿਓਂ ਆ ਕੇ ਤੁਹਾਡਾ ਹੱਥ ਫੜ ਲਏ ਤੇ ਜਦੋਂ ਸਤਿ ਸ੍ਰੀ ਅਕਾਲ ਦੀ ਆਵਾਜ਼ ਤੇ ਦੋਨੋਂ ਹੱਥ ਖੜੇ ਕਰਿਓ ਤੇ ਮੈਂ ਬੇਨਤੀ ਕਰਾਂਗਾ ਇਹ ਜੋ ਲਾਈਵ ਚੱਲ ਰਿਹਾ ਹੈ ਗੁਰਸਿੱਖਾਂ ਦੇ ਬਈ ਸੰਗਤ ਵੱਲ ਜਰਾ ਜਕਾਰਾ ਮਾਰਿਓ ਤਾਂ ਕਿ ਉਹਨਾਂ ਦਾ ਜਜ਼ਬਾ ਮੇਰੀ ਤਾਂ ਆਵਾਜ਼ ਆਈ ਜਾਣੀ ਹੈ ਤੇ ਸੰਗਤਾਂ ਵੇਖਣ ਵੀ ਕਿਤਨੀ ਸੰਗਤ ਇੱਥੇ ਨਤਮਸਤਕ ਹੋਈ ਹੈ ਉਹ ਜਗ੍ਹਾ ਰਾਤੀ ਭਾਈ ਮਨਿੰਦਰ ਸਿੰਘ ਜੀ ਗੀਤ ਪੜ੍ਹ ਰਹੇ ਸਨ ਮੈਂ ਕਿਹਾ ਵਾਹ ਉਹ ਗੰਗੂ ਕਿੰਨੀਆਂ ਲਾਣਤਾਂ ਖਾ ਰਿਹਾ ਤੋਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹ ਸਥਾਨ ਇਹ ਕੋਈ ਬੱਚਿਆਂ ਨੂੰ ਕੈਦ ਕਰਨ ਵਾਲਾ ਸਥਾਨ ਹੈ ਪਰ ਜਿਹੜਾ ਜ਼ੁਲਮ ਕਰਨ ਵਾਲਾ ਉਹ ਆਪਣੀ ਅੱਗ ਨੂੰ ਠੰਡਿਆ ਨਹੀਂ ਹੋਣ ਦਿੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਉਂਦੇ ਰਹਿਣ ਕੁਰਬਾਨੀਆਂ ਕਰਨ ਵਾਲੇ ਉਹ ਬੜੇ ਪਿਆਰ ਦੇ ਨਾਲ ਆਪਾਂ ਜਕਾਰਿਆਂ ਦੀ ਗੂੰਜ ਵਿੱਚ ਇਹ ਸਫਰ ਸ਼ਹਾਦਤ ਦਾ ਤੀਸਰਾ ਸਮਾਗਮ ਹੈ ਆਪਾਂ ਸਮਰਪਿਤ ਹੋਈਏ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੋਲੇ ਹਮਾ
हिलते दर गुजस्त हलाल अस्त बुर्दम शमशीरे दस्त जब आप की और ध्यान ने अत ही रण मैं तब जूझ मृतबो जब आपकी ओद निदान बने अत ही रण मैं तब जूझ भरो अत ही रण मैं तब जूझ भरो बोले सोने हा जो तो प्रेम खेल मार्ग पैर तरी जाए सिद्धि जय कान लगी जाए सिद्धि जय कान लगी जाए सिद्धि जय कान लगी जाए बोल हे सोनेहार पहला मरण कबूल जीवन की छण आ सवना की रेणुका तो आओ हमारे पास आओ हमारे पास आओ हमारे पास बोले